ਸੀਐਮ ਭਗਵੰਤ ਮਾਨ ਨੇ ਕਰ ਦਿੱਤਾ ਹੈ ਪਟਵਾਰੀਆਂ ਨੂੰ ਲੈ ਕੇ ਇੱਕ ਵੱਡਾ ਐਲਾਨ। ਸ਼ਸ਼ੀਗਲ ਤੁਸੀਂ ਵੇਖ ਤੇ ਸੁਣ ਰਹੇ ਹੋ 7 ਨਿਊਜ਼ ਐਂਟਰਟੇਨਮੈਂਟ ਚੈਨਲ ਤੇ ਪੰਜਾਬ ਦੇ ਪਟਵਾਰੀਆਂ ਵੱਲੋਂ ਕਲਮ ਹੜਤਾਲ ਕੀਤੀ ਗਈ ਸੀ ਤੇ ਉਸੇ ਦੇ ਉੱਤੇ ਹੁਣ ਗੱਲ ਇਹ ਆ ਰਹੀ ਹੈ ਕਿ ਐ ਕਿ ਵੇਖਦੇ ਹੋਏ ਮੁੱਖ ਮੰਤਰੀ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਤੇ ਇਹ ਐਲਾਨ ਹੈਗਾ ਆ ਕਿ ਪਟਵਾਰੀਆਂ ਦੀਆਂ ਨਵੀਆਂ ਨਿਯੁਕਤੀਆਂ ਹੁਣ ਕੀਤੀਆਂ ਜਾਣਗੀਆਂ ਤੇ ਨਾਲ ਹੀ ਹੋਰ ਵੀ ਕਈ ਪੋਸਟ ਵਧਾ ਦਿੱਤੀਆਂ ਗਈਆਂ ਨੇ ਤੇ ਕਿਹਾ ਜਾ ਰਿਹਾ ਹੈ ਕਿ ਸੂਬੇ ਦੇ ਸਾਰੇ ਸਰਕਲਾਂ ਨੂੰ ਹੁਣ ਭਰਿਆ ਜਾਵੇਗਾ। ਸੀਐਮ ਮਾਨ ਨੇ ਕਿਹਾ ਹੈਗਾ ਕਿ 741 ਅੰਡਰ ਟ੍ਰੇਨਿੰਗ ਪਟਵਾਰੀਆਂ ਨੂੰ ਹੁਣ ਨਿਯੁਕਤ ਕੀਤਾ ਜਾਏਗਾ ਤੇ 556 ਨਵੀਆਂ ਭਰਤੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈਗੀ ਹੈ 710 ਪਟਵਾਰੀਆਂ ਨੂੰ ਮਿਲੇਗਾ ਨਿਯੁਕਤੀ ਪੱਤਰ ਕੋਈ ਵੀ ਸਰਕਲ ਹੁਣ ਖਾਲੀ ਨਹੀਂ ਰਹੇਗਾ ਇਹ ਦਾਵਾ ਹੁਣ ਸੀਐਮ ਮਾਨ ਨੇ ਇੱਕ ਵੀਡੀਓ ਮੈਸੇਜ ਰਾਹੀਂ ਸਾਰਿਆਂ ਨੂੰ ਦਿੱਤਾ ਹੈਗਾ ਆ ਇਹਦੇ ਨਾਲ ਹੀ ਨਾਲੇ ਇਹ ਵੀ ਆਖਿਆ ਗਿਆ ਹੈਗਾ ਆ ਕਿ 531 ਜਿਹੜੇ ਰਿਟਾਇਰਡ ਪਟਵਾਰੀ ਨੇ ਉਹਨਾਂ ਨੂੰ ਦੋ ਨਵੇਂ ਸਰਕਲਾਂ ਦਾ ਇੰਚਾਰਜ ਬਣਾ ਦਿੱਤਾ ਜਾਵੇਗਾ ਪਟਵਾਰੀਆਂ ਦੀ ਹਾਜ਼ਰੀ ਸਵੇਰੇ ਆਉਣਾ ਤੇ ਜਾਣਾ ਪੂਰਾ ਬਾਇਓਮੈਟ੍ਰਿਕ ਹੋਵੇਗਾ ਕਿਉਂਕਿ ਇੱਦਾਂ ਦੇ ਬੜੇ ਹੀ ਸਾਰੇ ਪਟਵਾਰੀ ਨੇ ਜਿਨ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀਗੀਆਂ ਕਿ ਉਹ ਆਪਣਾ ਕੰਮ ਕਿਸੇ ਹੋਰ ਤੱਕ ਕਰਾਉਂਦੇ ਨੇ ਤੇ ਆਪ ਵੇਲੇ ਬੰਦੇ ਨੇ ਤੇ ਇਸੇ ਦੇ ਚੱਲਦੇ ਪੂਰੇ ਤਰੀਕੇ ਦੇ ਨਾਲ ਉਹਨਾਂ ਦੇ ਕੰਮ ਦੇ ਉੱਤੇ ਵੀ ਧਿਆਨ ਦੇਣ ਦੀ ਗੱਲ ਕੀਤੀ ਗਈ ਹੈ ਕਿ ਇਹਦਾ ਅਸਰ ਕਲਮ ਛੱਡਣ ਵਾਲੇ ਉਹਨਾਂ ਪਟਵਾਰੀਆਂ ਦੇ ਉੱਤੇ ਪਵੇਗਾ ਨਹੀਂ ਪਵੇਗਾ ਆਪਣੀ ਸੋਚ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ